ਕਬਿਆ ਕਲਿਆਰ ਸਾਹਿਬ ਹੇ ਦੁਖਦੀ ਹਰ ਪਲ ਕਲੇ ਦੇ ਅੰਦਰ ਚੁਵਾਤੀ ਕੀ ਏ ਤੇ ਮੌਤ ਕੀ ਹੇ ਦੁਖਦੀ ਹਰ ਪਲ ਕਲੇ ਦੇ ਅੰਦਰ ਚੁਵਾਤੀ ਕੀ ਏ ਤੇ ਮੌਤ ਕੀ ਏ ਨਾ ਕਹੀਂ ਤੂੰ ਪੁੱਛਿਆ ਨਾ ਕਹੀਂ ਦਸਾਇਆ ਹਯਾਤੀ ਕੀ ਏ ਤੇ ਮੌਤ ਕੀ ਏ ਜੋ ਰਸਮੇ ਦੁਨੀਆਂ ਦੀ ਸੂਲੀ ਚੜ ਕੇ ਰਕੀਬ ਤੇ ਸੰਗ ਹਬੀਬ ਟੋਰੇ ਨਾ ਏ ਜੇ ਸ਼ਾਲਾ ਬਰਾਤ ਹੋਵੇ ਬਰਾਤੀ ਕੀ ਏ ਤੇ ਮੌਤ ਕੀ ਏ ਮਿਹਰਬਾਨੀ ਜੀ ਬਹੁਤ ਮਿਹਰਬਾਨੀਆਂ ਸ਼ੁਕਰੀਆ ਭਾਈ ਜਾਨ ਬੜਾ ਮੁਕੱਦਸ ਨਫੀਸ ਰਿਸ਼ਤਾ ਹੈ ਭੈਣਾਂ ਭਾਈਆਂ ਦਾ ਸਾਈ ਸਫਦਰ ਬੜਾ ਮੁਕੱਦਸ ਨਫੀਸ ਰਿਸ਼ਤਾ ਹੈ ਭੈਣਾਂ ਭਾਈਆਂ ਦਾ ਸਾਈ ਸਫਦਰ ਕਲੇਜਾ ਫਟਦਾ ਜਾਂ ਦੁੱਖ ਸੁਣੀਂਦਾ ਹੈ ਆਪਣੀ ਜਾਈਆਂ ਦਾ ਸਾਈ ਸਫਦਰ ਤੇਰੀ ਇੱਜ਼ਤ ਤੇ ਤੇਰੀ ਗੈਰਤ ਦਾ ਰੱਬ ਮੁਹਾਫਿਜ਼ ਹੈ ਹਸ਼ਰ ਤੋੜੀ ਜ਼ਮਾਨੇ ਉੱਤੇ ਹਯਾ ਕੀਤੋਈ ਦੇ ਦੀਆਂ ਪਰਾਈਆਂ ਦਾ ਸਾਈ ਸਫਦਰ ਖਾਨ ਸਾਹਿਬ ਇੱਕ ਸ਼ੇਰ ਤੁਹਾਡੀ ਨਜ਼ਰ ਕਰਦਾ ਪਿਆ ਕਿ ਮਿਹਰਬਾਨੀ ਜੀ ਨਵੇਂ ਜ਼ਮਾਨੇ ਇੰਜ ਦਾ ਪਿੱਠਾ ਜੋ ਪਸਲੀਆਂ ਦੀ ਹੈ ਜਦ ਮਰੀ ਗਈ ਨਵੇਂ ਜ਼ਮਾਨੇ ਇੰਜ ਦਾ ਪਿੱਠਾ ਜੋ ਪਸਲੀਆਂ ਦੀ ਹੈ ਜਦ ਮਰੀ ਗਈ ਨਕਲੀ ਪਾਲਸ਼ ਨੂੰ ਰੇਟ ਲੱਗ ਗਏ ਤੇ ਅਸਲੀਆਂ ਦੀ ਹੈ ਜਦ ਮਰੀ ਗਈ ਸਾਈਂ ਸਫਦਰ ਉਹ ਪੱਗ ਦੇ ਸੰਗੇ ਤੇ ਸਾਦੀ ਥੰਗ ਦੇ ਹਯਾ ਨ ਰਹਿ ਗਏ ਬੇਨਸਲੇ ਗਿਣਿਆ ਗਿਣੀਂਦੇ ਨਹੀਂ ਪਏ ਤੇ ਨਸਲੀਆਂ ਦੀ ਹੈ ਜਦ ਮਰੀ ਗਏ ਸਲਾਮਤ ਰਹੋ ਜੀ ਬਹੁਤ ਮਿਹਰਬਾਨੀ ਜੰਗ ਦੇ ਬਾਸ਼ੂਰ ਸੁਚੱਜੀ ਤੇ ਸੁਲੱਖਣੀ ਆਵਾਮ ਨੂੰ ਅਸਲਾਮ ਅਲੈਕੁਮ ਜੀ ਦਿਲ ਦੀਆਂ ਗਹਿਰਾਈਆਂ ਚੋਂ ਵਾਈ ਜਾ ਫਿਰ ਅੰਜਮ ਜਟਿਆਣੇ ਸਾਹਿਬ ਨੂੰ ਬੇੜੀਆਂ ਕਿਤਾਬ ਦੀ ਮੁਬਾਰਕ ਹੋਵੇ ਜੀ ਆਕਿਬ ਸਾਈਂ ਖਾਨ ਸਾਹਿਬ ਮੈਂ ਜੋ ਹਸਨੀ ਤੇ ਹਾਂ ਹੁਸੈਨੀ ਮੇਰੇ ਪੀਰਾਂ ਦੇ ਵਰਗਾ ਕੋਈ ਨਹੀਂ ਮੈਂ ਜੋ ਹਸਨੀ ਤੇ ਹਾਂ ਹੁਸੈਨੀ ਮੇਰੇ ਪੀਰਾਂ ਦੇ ਵਰਗਾ ਕੋਈ ਨਹੀਂ ਜਿਹੜੇ ਹਸਬੀ ਤੇ ਹੇਨ ਨਸਬੀ ਉਮਬਾ ਜ਼ਮੀਰਾਂ ਦੇ ਵਰਗਾ ਕੋਈ ਨਹੀਂ ਅਲੀ ਦੇ ਬੱਚੜੇ ਜ਼ਾਰਾ ਦੇ ਬੱਚੜੇ ਕੁਰਾਨ ਦੱਸਿਆ ਨਬੀ ਦੇ ਬੱਚੜੇ ਸਾਈਂ ਸਫਦਰ ਜ਼ਮਾਨਾ ਫਿਰ ਲੈ ਦੂਆਂ ਵੀਰਾਂ ਦੇ ਵਰਗਾ ਕੋਈ ਨਹੀਂ ਮਿਹਰਬਾਨੀ ਦੀ ਪਹਿਲਾ ਸ਼ੇਰ ਜਨਾਬ ਦੀਆਂ ਸਮਾਤਾਂ ਦੇ ਹਵਾਲੇ ਕਰ ਹਾਂਜੀ ਅਦੀਲ ਅਹਿਮਦ ਅਦੀਲ ਸਾਹਿਬ ਦੋਸਤੋ ਅੱਜ ਦੇ ਜਿਸ ਕਿਤਾਬ ਦੀ ਮੁੱਖ ਵਿਖਾਲੇ ਤਕਰੀਬ ਉਹਦੇ ਪਿੱਛੇ ਬੜੀ ਮਿਹਨਤ ਹੈ ਇਸ ਤੋਂ ਪਹਿਲੇ ਉਹਨਾਂ ਇੱਕ ਖੂਬਸੂਰਤ ਰਿਸਾਲਾ ਪੇਸ਼ ਕੀਤਾ ਜਿਹਦਾ ਨਾਂ ਹੈ ਵਿਰਾਗ ਜੰਗ ਦੇ ਵਿੱਚ ਜਿਨ੍ਹਾਂ ਖੁਦ ਆਪਣੇ ਮਿਹਨਤ ਨਾਲ ਆਪਣੇ ਲਗਨ ਨਾਲ ਪਹਿਲਾ ਰਿਸਾਲਾ ਵਿਰਾਗ ਦਿੱਤਾ ਉਸ ਤੋਂ ਬਾਅਦ ਇੱਕ ਇਦਾਰਾ ਬਣਾਇਆ ਚਨਾਬ ਪਬਲੀਕੇਸ਼ਨ ਜੰਗ ਸਦਰ
ਉਹਨਾਂ ਦੇ ਬਾਨੀ ਤੇ ਉਹਨਾਂ ਉਸੇ ਇਦਾਰੇ ਦੀ ਤਰਫੋਂ ਕਿਤਾਬ ਦਿੱਤੀ। ਮੈਂ ਸਟੇਜ ਤੇ ਦਾਵਤ ਦੱਸਾਂ, ਤਾਲੀਆਂ ਦਾ ਇਸਤਕਬਾਲ ਕਰਨਾ ਹੈ ਜਨਾਬ ਖਾਨ ਮੁਖਤਾਰ ਅਹਿਮਦ ਖਾਨ ਬਲੋਚ ਸਾਹਿਬ, ਜਨਾਬ ਖਾਨ ਮੁਖਤਾਰ ਖਾਨ ਮੁਖਤਾਰ ਬਲੋਚ ਸਾਹਿਬ ਉਹਨਾਂ ਦੇ ਨਾਲ ਅੱਜ ਦੇ ਇਸ ਮਹਿਫਿਲ ਮੁਸ਼ਾਇਰਾ ਦੇ ਉਚੇਚੇ ਪ੍ਰਾਹੁਣੇ ਜਨਾਬ ਸ਼ਹੀਦ ਮਹਿਮੂਦ ਆਕਿਬ ਸਤਿਆਨਵੀ ਸਾਹਿਬ, ਉਹਨਾਂ ਦੇ ਨਾਲ ਜਨਾਬ ਇਰਫਾਨ ਕਮਰ ਸਰਵਾਲੀਆ ਸਾਹਿਬ, ਜਨਾਬ ਫਲਾਸ਼ੀਅਰ ਨਦੀਮ ਸਾਹਿਬ ਜੁਮਲਾ ਆਬਾਦ ਸਟੇਜ ਤੇ ਤਸ਼ਰੀਫ ਲੈ ਆਏ, ਜਨਾਬ ਖਾਨ ਮੁਖਤਾਰ ਖਾਨ ਬਲੋਚ ਸਾਹਿਬ। ਜਿਹੜੇ ਦੋਸਤ ਪਿੱਛੇ ਮੌਜੂਦ ਹਨ ਸਟੇਜ ਤੇ ਤਸ਼ਰੀਫ ਲੈ ਆਏ, ਬਈ ਹਮਦਰਦ ਜੁਮਲਾ ਬਾਪ 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 ਉਥੋਂ ਸ਼ੁਰੂ ਕਰਦੇ ਹਾਂ ਤਾਂ ਕਿ ਮਹਿਫਿਲ ਬੋਰ ਨਾ ਹੋ ਜਾਵੇ, ਕਿ ਡਾਢੇ ਹੱਥ ਗਲਵੀਨ ਹੈ ਮੁਨਸਿਫ ਦਾ, ਕੋਈ ਸੁਰ ਦਾ ਕਦਾ ਨਿਆਂ ਬਣਨਾ ਹੈ। ਅੱਜ ਦੇ ਹਾਲਾਤ ਹਜ਼ਰਤ ਸ਼ੇਰ, ਕਿ ਡਾਢੇ ਹੱਥ ਗਲਵੀਨ ਹੈ ਮੁਨਸਿਫ ਦਾ, ਕੋਈ ਸੁਰ ਦਾ ਕਦਾ ਨਿਆਂ ਬਣਨਾ ਹੈ, ਜੋ ਧੁੱਪ ਸੜਨਾ ਹੈ ਦੂਰ ਖਲੋਵਣ ਤੂੰ ਆਏ ਵੇਖੀ ਮੁਜਰੇ ਛਾਂ ਬਣਨਾ ਹੈ, ਜਿਦਾਂ ਟੂਟਿਆ ਤੀਰ ਤਾਂ ਬਣਨਾ ਹੀ ਨਹੀਂ ਅੱਕੇ ਭਾਈ, ਜਿਦਾਂ ਟੂਟਿਆ ਤੀਰ ਤਾਂ ਬਣਨਾ ਹੀ ਨਹੀਂ, ਮੇਰਾ ਦੁਸ਼ਮਣ ਮੈਂ ਦਾ ਹਾਂ ਬਣਨਾ ਹੈ, ਤਾਂ ਹੀ ਤੋਂ ਹੀ ਵੀ ਰੋਲਿਆ ਦੇਸ਼ ਤੇ ਦੇਸ਼ ਤੈਨੂੰ ਪੱਕਾ ਹੀ ਲੇਖ ਦਾ ਨਾਂ ਬਣਨਾ ਹੈ। ਅਗਰ ਥੋੜੀ ਮਿਲਣੀ ਜੁਲਣੀ ਬੰਦ ਹੋ ਜਾਵੇ ਤਾਂ ਮੈਂ ਅਗਲੇ ਸ਼ਹਿਰ ਨੂੰ ਸਟੇਜ ਤੇ ਦਾਵਤ ਦੇਣ ਲੱਗਾ ਜੀ। ਜੀ 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 ਸਟੇਜ ਤੇ ਤਸ਼ਰੀਫ ਲੈਂਦੇ 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 ਜਨਾਬ ਸਾਡੀ ਅੱਜ ਦੀ ਮਹਿਫਿਲ ਦੀ ਜ਼ੀਨਤ ਪ੍ਰੋਫੈਸਰ ਚੌਧਰੀ ਨੌਮਾਨ ਦਜੋਕਾ ਸਾਹਿਬ, ਉਹਨਾਂ ਦੇ ਨਾਲ ਪ੍ਰੋਫੈਸਰ ਅਲੀ ਅਬਾਸ ਨਜਬ ਸਾਹਿਬ, ਜਨਾਬ ਮਾਰ ਹੈਦਰ ਅਲੀ ਹੈਦਰ ਡੁਡਿਆਣਾ ਸਾਹਿਬ ਤਸ਼ਰੀਫ ਲਿਆਓ ਜਨਾਬ। ਇਸੇ ਦੇ ਨਾਲ ਇੱਕ ਸ਼ੇਰ ਤੇ ਅਗਲਾ ਸਟੇਜ ਅਗਲੇ ਸ਼ਹਿਰ ਨੂੰ ਸਟੇਜ ਤੇ ਦਾਵਤ ਦੱਸਾਂ ਜੀ, ਕਿ ਅੰਨੇ ਜਾਪੇ ਖੋ ਲੈ ਅੰਨੇ ਜਾਪੇ ਖੋ ਲੈ ਜ਼ੋਰ ਬੁਢਾਪੇ ਖੋ ਲੈ ਅੰਨੇ ਜਾਪੇ ਨਮਾਨ ਅੰਨੇ ਜਾਪੇ ਖੋ ਲੈ ਜ਼ੋਰ ਬੁਢਾਪੇ ਖੋ ਲੈ ਦੇ ਕੇ ਝੂਟਾ ਰੀਝਾਂ ਦਾ ਡੋਲੀ ਮਾਪੇ ਖੋ ਲੈ ਦੇ ਕੇ ਝੂਟਾ ਰੀਝਾਂ ਦਾ ਡੋਲੀ ਮਾਪੇ ਖੋ ਲੈ ਤਸ਼ਰੀਫ ਲੈਂਦੇ ਜਨਾਬ ਤੁਹਾਡੀ ਤਾਲੀਆਂ ਦੀ ਗੂੰਜ ਸਾਡੇ ਉਸਤਾਦਾਂ ਦੀ ਪੱਗ ਜਨਾਬ ਮਲਿਕ ਨਾਸਰ ਅਲਤੈਬ ਸਾਹਿਬ ਉਹਨਾਂ ਦੇ ਪਹਿਲੇ ਸ਼ਾਗਿਰਦ ਜਨਾਬ ਇਜਾਜ਼ ਹੁਸੈਨ